खबर सामने आ रही है जहां पर स्कूल वैन की टक्कर से 20 वर्षीय लड़के की मौत हो गई। जी हां, फाजिलका के बॉर्डर रोड पर गांव करनी खेड़ा के नजदीक स्कूल वैन और बाइक में टक्कर होने का ये मामला सामने आया है। बताया जा रहा है कि इस दौरान बाइक सवार 20 वर्षीय लड़के की मौत हो गई है, जिसके शव को पोस्टमार्टम के लिए सरकारी अस्पताल की मोर्चरी में रखवाया गया है। सूचना पुलिस को देते हुए कार्रवाई की मांग की जा रही है। तो लड़के के पारिवारिक सदस्यों का बयान सामने आता है, कहना है कि उनका लड़का जो कि भूपेंद्र कुमार बाइक पर सवार होकर अपनी मौसी को लेने जा रहा था, फाजिलका आ रहा था। ऐसे में रास्ते में गांव करनी खेड़ा के नजदीक पेट्रोल पंप के नजदीक निजी स्कूल वैन चालक ने लापरवाही से उससे टक्कर मार दी। हादसा इतना भयानक था कि उस 20 वर्षीय भूपेंद्र कुमार की मौत होगी। हालांकि उनके द्वारा स्कूल वैन चालक के खिलाफ कार्रवाई की मांग की जा रही है। मृतक के शव को पोस्टमार्टम के लिए जो है रखवा दिया गया है। मौके पर पुलिस पहुंची है, लगातार मामले की जांच कर रही है। ऐसे में उनका कहना है कि उन्हें सूचना मिली थी, उसके बाद वे अस्पताल पहुंचे। आगे कहा कि पारिवारिक सदस्यों के बयानों पर जो है उसके आधार पर बनती कार्रवाई जो है की जाएगी। और क्या कुछ कहना है पारिवारिक मेम्बरों का, आइए उनके जुबानी सुनते हैं। ਮੇਰੇ ਸਾਲੇ ਦਾ ਮੁੰਡਾ। ਅੱਛਾ, ਕੀ ਹੋਇਆ? ਕੀ ਇਹ ਉੱਥੋਂ ਆਪਦੀ ਮਾਸੀ ਨੂੰ ਲੈਣ ਚੱਲਿਆ ਸੀ ਬਾਜ਼ਾਰੋ, ਤੇ ਉੱਥੇ ਕਿਤੇ ਆਪਦੀ ਸਾਈਡ ਤੇ ਚੱਲਿਆ ਸੀ। ਇਹ ਵੈਨ ਬਹੁਤ ਪੁਰਾਣੀ ਹੈ, ਨਾ ਇਹਦੇ ਬ੍ਰੇਕਾਂ ਲੱਗੇ, 2000 ਤੋਂ ਵੀ ਥੱਲੇ ਹੈ। ਇਹ ਆਪਦੀ ਸਾਈਡ ਤੇ ਚੱਲਿਆ, ਨਾ ਬ੍ਰੇਕ ਲੱਗੀ ਕੁਝ, ਉਹਦੇ ਕਾਰਨ ਸਾਡਾ ਬੱਚਾ ਮਰਿਆ। ਮੁੰਡਾ ਹੋਸਪਿਟਲ ਲੱਗਿਆ ਹੋਇਆ ਸੀ। ਇੱਥੇ ਫਾਜ਼ਿਲਕਾ ਹੀ? ਨਹੀਂ, ਉੱਥੇ ਡਿਫੈਂਸ ਵਿੱਚ। ਇਹ ਵੈਨ ਕਾਰਨ ਹੋਇਆ, ਵੈਨ ਬਹੁਤ ਪੁਰਾਣਾ ਮਾਡਲ ਹੈ, ਤੇ ਇਹ ਵੈਨ ਕਾਰਨ ਹੋਇਆ। ਸਾਰੇ ਬੱਚੇ ਵੀ ਸੀਗੇ? ਬੱਚੇ ਵੀ ਸੀ ਜੀ। ਇਹ 2000 ਤੋਂ ਵੀ ਥੱਲੇ ਹੈ। ਅਸੀਂ ਪਰਚਾ ਕਰਾਵਾਂਗੇ, ਹੋਰ ਕੀ ਜਾਣੇ ਵੀ ਇਹ ਅੱਜ ਤਾਂ ਸਾਡੇ ਨਾਲ ਲੱਗਾ, ਕੱਲ੍ਹ ਨੂੰ ਤਾਂ ਕਿਤੇ ਹੋਰ ਨਾ ਹੋ ਜਾਵੇਗਾ। ਤੁਹਾਨੂੰ ਇਹ ਪ੍ਰੀਮੀਅਮ ਮਿਲੀ ਜੀ ਆਪਣੇ ਬਾਰਡਰ ਰੋਡ ਤੇ ਨੇੜੇ ਕਰਨੀ ਖੜਾ ਨੇੜੇ ਪੈਟਰੋਲ ਪੰਪ ਤੇ ਕੋਈ ਸਕੂਲ ਵਾਲੀ ਵੈਨ ਸੀ, ਇੱਕ ਮੋਟਰਸਾਈਕਲ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਅਸੀਂ ਮੌਕੇ ਪਹੁੰਚੇ ਉੱਥੇ ਤੇ ਉਸ ਮੁੰਡੇ ਦੀ ਮੋਟਰਸਾਈਕਲ ਦੀ ਡੈਥ ਹੋ ਗਈ ਹੈ। ਉਹਨੇ ਹੋਸਪਿਟਲ ਆਇਆ ਤੇ ਜੋ ਕਾਰਵਾਈ ਕਰਾਉਣ ਕੇ ਬਾਅਦ ਗੁਰੂ ਕਰਨ ਵਿਦਿਆ ਮੰਦਰ ਕਾਸ਼ੀ ਰਾਮ ਕਲੋਨੀ ਬਹੁਤ ਜੋ ਬਿਆਨ ਲਿਖਾਉਣਗੇ ਤੇ ਐਫ ਆਰ ਸਾਹਿਬ ਆ ਗਏ ਨੇ ਬਿਆਨ ਤਾਪ ਕਰੂ ਕਰਨ। ਨੌਜਵਾਨ ਸਾਡੇ ਚੁੱਬੇ ਗੁਲਾਬ ਸਿੰਘ ਪਿੰਡ ਦੇ ਆਸੇ ਪਾਸੇ ਜਿਹੜਾ ਹੈ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ ਔਰ ਉਹਨਾਂ ਦੇ ਪਰਿਵਾਰ ਨੂੰ ਆ ਕੇ ਮਿਲੇ ਹਾਂ, ਉਹਨਾਂ ਨੂੰ ਹੌਸਲਾ ਦਿੱਤਾ ਹੈ, ਦੁੱਖ ਸਾਂਝਾ ਕੀਤਾ ਪਰਿਵਾਰ ਨਾਲ, ਪਿੰਡ ਵਾਸੀਆਂ ਨਾਲ ਔਰ ਡਾਕਟਰ ਸਾਹਿਬਾਨ ਨੂੰ ਔਰ ਜਿਹੜੇ ਸਾਡੇ ਪੁਲਿਸ ਡਿਪਾਰਟਮੈਂਟ ਨੂੰ ਤੇ ਜਲਦੀ ਜਿਹੜਾ ਇਹਨਾਂ ਦੀ ਕਾਰਵਾਈ ਪੂਰੀ ਕਰਕੇ ਪੋਸਟਮਾਰਟਮ ਕਰਵਾ ਕੇ ਡੈੱਡ ਬੋਡੀ ਹੈ ਪਰਿਵਾਰ ਨੂੰ ਮੈਂ ਤੇ ਸਾਡੇ ਡਿਪਾਰਟਮੈਂਟ ਚੈੱਕ ਕਰ ਰਿਹਾ ਹੈ ਔਰ ਜਿੱਥੇ ਕੋਈ ਕਮੀ ਪਾਈ ਵੀ ਜਾਂਦੀ ਉੱਥੇ ਕਾਰਵਾਈ ਵੀ ਹੁੰਦੀ ਹੈ ਅਤੇ ਪਿੱਛੇ ਵੀ ਕਾਰਵਾਈਆਂ ਹੋਈਆਂ ਨੇ ਔਰ ਲਗਾਤਾਰ ਜਿਹੜੀ ਆ ਰੂਟੀਨ ਚੈਕਿੰਗ ਚੱਲਦੀ ਰਹਿੰਦੀ।